वाहेगुरु जी का खालसा, वाहेगुरु जी की फतेह। मैं कुछ दिन पहले एक वीडियो पाई सी भी मेरिया फोटो वरत के मेरा नाम वरत के कोई नौजवान कुड़िया ना गल्लां करदा ते उन्हां दे नाल जो भी गल्लां करदा सी, चलो ये तो हुण उन्हां दोवां नूं ही पता सी। ते एक उन्हां दे विचों व्याही हुई सीगी कोई भैण बीबी व्याही हुई सी, ते उहदे सहुरे परिवार नूं जदों पता लगदा ते उहदा फोन फड़िया जांदा, उहदी कुटमार चलो करदे आ, हुंदू ही आपसी परिवारां दे विच इहो जिहा गल्लबात हुंदी रहिंदी आ। ते उहने जदों कुड़ी नूं पुछिया हसबैंड ने उहदे ने वी भाई तूं किहदे नाल गल करदी आ, ते उह बीबी दा उस भैण दा बयान इह सी वी मैं अमृतपाल सिंह महरो नाल गल करदी आ। ते उह व्याही हुई सी, इक बच्चा वी आ उहदे। जदों इस गल दा उहनां नूं पता लगदा ते गल जथेबंदियां च जां कई बंदे दे विच चली जांदी आ इह, ते जिहदे विच मैनूं दोषी ठहराया गया ते मेरे ते कई इल्जाम लगे कुड़ियां नूं लैके। हालांकि मैं नहीं सीगा, मेरा ना तां नंबर आ किसे कोले आपदा, मेरा पर्सनल नंबर, ते ना ही मैं कदे किसे नाल गल कीती आ। जदों असीं इस गल पिछे पए आ ते सानूं पता लग्गिया वी उह बंदा है कौण आ, ते उह हैगा आह। ते इह आपदे हुण मूहों दसूगा वी इहने की कुछ कीता ते मेरियां फोटोआं वरतियां। ते वाहिगुरु जी का खालसा, वाहिगुरु जी की फतेह। मैं अमृतपाल महरो आई डी चलाई आ, ते उहदे विच बहुत कुड़ियां नाल गल्लां कीतियां ने, ते उहदे विच इक भैण व्याही हुई सी। आ मंजा चक उठ, आ बोली चल, इहदे घरे पता लग गया, थल्ले बह जा। ते जदों झूठ बोलणा पई तां उहदे विच इक भैण दी व्याही हुई सी, ते उहदे विच उहदा फोन फड़िया गया, घरे कलेश हो गया उहनां दे घरे। ਤੇ ਉਹ ਆਈ ਡੀ ਮੈਂ ਚਲਾ ਰਿਹਾ ਸੀਗਾ, ਤਾਂ ਉਹ ਕੁੜੀ ਨਾਲ ਗੱਲਾਂ ਕਰਦਾ ਸੀਗਾ। ਕਿੰਨੇ ਟਾਈਮ ਤੋਂ ਕਰਦਾ ਸੀ ਕੁੜੀ ਨਾਲ ਗੱਲ? 3 ਮਹੀਨੇ ਹੋ ਗਏ। ਸਹੀ ਸਹੀ? ਹਾਂਜੀ 3 ਮਹੀਨੇ। ਕੁੜੀ ਕਿੰਨੇ ਵਾਰੀ ਫੜੀ ਗਈ ਆ ਘਰੇ ਫੋਨ ਤੇ ਗੱਲ ਕਰਦੀ ਤੇਰੇ ਨਾਲ? ਇੱਕ ਵਾਰੀ ਉਹ ਫੜੀ ਗਈ ਆ ਵੀਰੇ। ਤੇ ਕੁੜੀ ਨੂੰ ਕਹਿੰਦਾ ਹੁੰਦਾ ਸੀ ਵੀ ਮੈਂ ਮਹਿਰੋਂ ਬੋਲਦਾ? ਹਾਂਜੀ। ਜਦੋਂ ਤੈਨੂੰ ਉਹਨਾਂ ਦੇ ਘਰ ਦੇ ਰੋਕਦੇ ਸੀਗੇ ਤੇ ਤੂੰ ਉਹਨਾਂ ਦੇ ਘਰ ਦੇ ਨੂੰ ਮਾਰਨ ਦੀ ਧਮਕੀ ਦਿੱਤੀ ਸੀ? ਹਾਂਜੀ। ਕੀ ਕਿਹਾ ਸੀ? ਥੋਡੀ ਕੁੜੀ ਦੇ ਨਾਲ ਝੂਠ ਬੋਲ ਕੇ ਗੱਲ ਕੀਤੀ ਤੇ ਮੈਂ ਤੁਹਾਡੇ ਘਰੇ ਕਲੇਸ਼ ਪਵਾਇਆ, ਤੇ ਵੀ ਉਹ ਮੇਰੀ ਅੱਜ ਤੋਂ ਬਾਅਦ ਭੈਣ ਆ, ਤੇ ਮੈਂ ਉਸ ਕੁੜੀ ਦੇ ਸਹੁਰੇ ਤੇ ਪੇਕੇ ਪਰਿਵਾਰ ਤੋਂ ਤੇ ਕੁੜੀ ਦੇ ਭਰਾਵਾਂ ਤੋਂ ਮਾਫੀ ਮੰਗਦਾ। ਤੇ ਦੂਜੀ ਗੱਲ, ਕੁੜੀ ਦਾ ਨਾਂ, ਕੁੜੀ ਦਾ ਸ਼ਹਿਰ ਤੇ ਕੁੜੀ ਦਾ ਕੋਈ ਭਰਾ ਭੈਣ ਦਾ ਨਾਂ ਕਦੇ ਕਿਸੇ ਕੋਲੇ ਲੀਕ ਨਾ ਕਰੀ, ਠੀਕ ਆ? ਤੂੰ ਤਾਂ ਜਿਹੋ ਜਿਹਾ ਹੈਗਾ ਹੈਗਾ ਉਹ ਘਰ ਵਾਸ ਲੈਣ ਦੇ, ਜੇ ਅਸੀਂ ਚਾਹੁੰਦੇ ਤਾਂ ਅਸੀਂ ਸਾਰਾ ਕੁਛ ਸਾਹਮਣੇ ਲਿਆ ਸਕਦੇ ਸੀ, ਇਸੇ ਕਰਕੇ ਨਹੀਂ ਲਿਆਉਂਦੇ, ਕੁੜੀਆਂ ਦੀ ਇੱਜ਼ਤ ਬਹੁਤ ਹੁੰਦੀ ਆ, ਸਮਝ ਗਿਆ? ਮੰਗ ਮਾਫੀ ਕੰਨ ਫੜ ਕੇ ਦੋਵੇਂ ਨਾਂ ਉੱਥੇ ਬੋਲ, ਤੂੰ ਕਹਿ ਵੀ ਮੈਂ ਸੀਗਾ ਤੇ ਅੰਮ੍ਰਿਤਪਾਲ ਸਿੰਘ ਮਹਿਰੋ ਦੀਆਂ ਫੋਟੋਆਂ ਮੈਂ ਪਾਉਂਦਾ ਹੁੰਦਾ ਸੀ। ਕੁੜੀ ਦੇ ਪਰਿਵਾਰ ਤੋਂ ਤੇ ਸਹੁਰੇ ਪਰਿਵਾਰ ਤੋਂ ਮਾਫੀ ਮੰਗਦਾ, ਮੈਂ ਉਹਦੇ ਨਾਲ ਗੱਲ ਕੀਤੀ ਤੇ ਉਹਨਾਂ ਦੇ ਘਰੇ ਕਲੇਸ਼ ਪਵਾਇਆ, ਤੇ ਮੈਂ ਸੀਗਾ ਜੋ ਮਹਿਰੋ ਵੀਰੇ ਦੀਆਂ ਪੋਸਟਾਂ ਪਾਉਣ ਆਉਂਦਾ ਸੀਗਾ, ਤੇ ਅੱਗੇ ਤੋਂ ਕੋਈ ਵੀ ਵੀਰੇ ਇੱਦਾਂ ਦਾ ਕੰਮ ਨਾ ਕਰਿਓ। ਇਹਨੇ ਤਾਂ ਜਿਹੜਾ ਕੁਛ ਕੀਤਾ ਸੀ ਉਹ ਤਾਂ ਅਸੀਂ ਫੜ ਲਿਆ, ਇਹਨੂੰ ਲੈ ਕੇ ਆਉਂਦਾ ਉੱਤਰਾਖੰਡ ਤੋਂ, ਜਿਹੜੀ ਇਹਨੇ ਕਰਤੂਤ ਕੀਤੀ ਆ ਨਾ ਉਹ ਇਹਨੇ ਤੁਹਾਨੂੰ ਦੱਸਤੀ ਆ, ਮੈਂ ਵੀ ਤੁਹਾਨੂੰ ਦੱਸੀ ਆ। ਇਹ ਉੱਤਰਾਖੰਡ ਬੈਠਾ ਸੀ ਤੇ ਪਰਸੋਂ ਦਾ ਚੱਕਿਆ ਹੋਇਆ ਤੇ ਅੱਜ ਪੰਜਾਬ ਲੈ ਕੇ ਆਏ ਆ, ਪੰਜਾਬ ਲਿਆਂਦਾ ਆਪਦੇ ਹੈੱਡਕੁਆਟਰ ਤੇ ਖੇਤਾਂ ਜਾਂ ਵੇਖ ਲਓ ਇੱਥੇ, ਤੇ ਇਹਨੂੰ ਹੀ ਪਤਾ ਇਹਦੇ ਕਿੰਨੀਆਂ ਪਈਆਂ, ਤੇ ਹਜੇ ਸਾਰਾ ਦਿਨ ਪਿਆ ਗਾ, ਰਾਂਝਾ ਰਾਜੀ ਅਸੀਂ ਹਜੇ ਕਰਨਾ ਵਾ ਵੀ ਇਹ ਤੁਰ ਕਿਵੇਂ ਫਿਰੇ, ਠੀਕ ਆ? ਤੇ ਇਹ ਟਕਾ ਕੇ ਇੰਜਣ ਕਰਨਾ ਇਹਦਾ, ਤੇ ਇਹ ਸਾਡੇ ਵੱਲੋਂ ਚਾਹੇ ਮਰਦਾ ਮਰ ਜਾਏ ਜੋ ਮਰਜ਼ੀ ਹੋ ਜਾਏ, ਅਸੀਂ ਇਹਨੂੰ ਦੱਸਣਾ ਵੀ ਬਗਾਨੀ ਕੁੜੀ ਦੇ ਨਾਲ ਉਹਦਾ ਘਰ ਕਿਵੇਂ ਪੱਟੀ ਦਾ, ਉਹਦੀ ਸਜ਼ਾ ਕੀ ਆ। ਉਹ ਦਰਖਾਸਤਾਂ ਦਿੰਦੇ ਫਿਰਨਗੇ ਤੇ ਪੰਚਾਇਤਾਂ ਦੇ ਵਿੱਚ ਰਾਜ਼ੀਨਾਮੇ ਹੋ ਜਾਂਦੇ ਆ, ਪਰ ਸਾਡੀ ਪੰਚਾਇਤ 'ਚ ਕੋਈ ਰਾਜ਼ੀਨਾਮਾ ਨਹੀਂ, ਨਾ ਹੀ ਅਸੀਂ ਰਾਜ਼ੀਨਾਮਿਆਂ 'ਤੇ ਜਾਈਏ।